ਟੋਰਾਂਟੋ ਦੇ ਕੌਂਸਲੇਟ ਜਨਰਲ ਆਫ ਇੰਡੀਆ ਦਿਨੇਸ਼ ਪਾਟੀਆ ਵੱਲੋਂ ਗਾਂਧੀ ਜਯੰਤੀ ਨੂੰ ਮੁੱਖ ਰੱਖਦਿਆਂ ਸਕੂਲ ਦੇ ਬੱਚਿਆਂ ਲਈ ਪੇਂਟਿੰਗ ਕੰਪੀਟੀਸ਼ਨ ਰੱਖਿਆ ਗਿਆ। ਸ੍ਰੀ ਗੁਰੂ ਤੇਗ ਬਹਾਦਰ ਸਕੂਲ ਦੇ ਫਰੈਡਰਿਕ ਬੈਟਿੰਗ ਇੰਟਰਨੈਸ਼ਨਲ ਸਕੂਲ ਦੇ ਬੱਚਿਆਂ ਨੇ ਪੇਂਟਿੰਗ ਕੰਪੀਟੀਸ਼ਨ ਵਿੱਚ ਮਹਾਤਮਾ ਗਾਂਧੀ ਦੀ ਜੀਵਨੀ ਤੇ ਆਧਾਰਿਤ ਪੇਂਟਿੰਗਸ ਬਣਾਈਆਂ ਅਤੇ ਕੌਂਸਲੇਟ ਵੱਲੋਂ ਬੱਚਿਆਂ ਨੂੰ ਇਨਾਮ ਵੀ ਦਿੱਤੇ ਗਏ। ਬੀਤੇ ਦਿਨੀ ਕੌਂਸਲੇਟ ਜਨਰਲ ਆਫ ਇੰਡੀਆ ਇਨ ਟੋਰਾਂਟੋ ਵੱਲੋਂ ਗੁਰੂ ਤੇਗ ਬਹਾਦਰ ਇੰਟਰਨੈਸ਼ਨਲ ਸਕੂਲ ਅਤੇ ਫਰੈਡਰਿਕ ਬੈਂਟਿੰਗ ਇੰਟਰਨੈਸ਼ਨਲ ਸਕੂਲ ਦੇ ਸਹਿਯੋਗ ਨਾਲ ਪੇਂਟਿੰਗ ਕੰਪੀਟੀਸ਼ਨ ਆਯੋਜਿਤ ਕੀਤਾ ਗਿਆ। ਇਹ ਪੇਂਟਿੰਗ ਕੰਪੀਟੀਸ਼ਨ ਮਹਾਤਮਾ ਗਾਂਧੀ ਦੀ ਬਰਥ ਐਨੀਵਰਸਰੀ ਨੂੰ ਮੁੱਖ ਰੱਖਦਿਆਂ ਆਯੋਜਿਤ ਕੀਤਾ ਗਿਆ ਸੀ। ਅੱਜ ਅਸੀਂ ਇੱਥੇ FBI ਸਕੂਲ ਬ੍ਰੈਂਪਟਨ 'ਚ ਇਕੱਠੇ ਹੋਏ ਹਾਂ ਔਰ ਇੱਥੇ ਗੁਰੂ ਤੇਗ ਬਹਾਦਰ ਸਕੂਲ ਔਰ FBI ਸਕੂਲ ਦੇ ਬੱਚਿਆਂ ਨੇ ਮਿਲ ਕਰਕੇ ਮਹਾਤਮਾ ਗਾਂਧੀ 'ਤੇ ਇੱਕ ਪੇਂਟਿੰਗ ਕੰਪੀਟੀਸ਼ਨ ਕੀਤਾ ਹੈ ਔਰ ਬੜੀ ਬੜੀ ਸੋਹਣੀਆਂ ਇੱਥੇ ਪੇਂਟਿੰਗ ਬਣਾਈਆਂ ਨੇ। ਮਹਾਤਮਾ ਗਾਂਧੀ ਦਾ ਕੱਲ੍ਹ 149ਵਾਂ ਬਰਥ ਐਨੀਵਰਸਰੀ ਸੀ ਔਰ ਇੱਕ ਸਾਲ ਦਾ ਸੈਲੀਬ੍ਰੇਸ਼ਨ ਸ਼ੁਰੂ ਹੋਇਆ ਪੂਰੇ ਹਿੰਦੁਸਤਾਨ 'ਚ ਔਰ ਜਿਹੜਾ ਬਾਹਰ ਦੀ ਸਾਡੀ ਇੰਡੀਅਨ ਐਮਬੈਸੀ ਸਾਰੀ ਮਨਾ ਰਹੀਆਂ ਨੇ। ਇਹ ਸਾਰਾ ਇੱਕ ਸਾਲ ਦਾ ਪ੍ਰੋਗਰਾਮ ਅਗਲੇ ਸਾਲ 2 ਅਕਤੂਬਰ ਨੂੰ ਖਤਮ ਹੋਏਗਾ। ਟੋਰਾਂਟੋ ਕੌਂਸਲੇਟ ਨੇ ਪਹਿਲਾ ਇਵੈਂਟ ਅੱਜ ਕੀਤਾ ਹੈ ਜਿਹਦੇ 'ਚ ਦੋਨੋਂ ਸਕੂਲ ਦੇ ਬੱਚਿਆਂ ਨੇ ਮਿਲ ਕੇ ਪਾਰਟੀਸਪੇਟ ਕੀਤਾ ਹੈ ਔਰ ਪੇਂਟਿੰਗਸ ਬਣਾਈਆਂ, ਬੜੀ ਖੂਬਸੂਰਤ ਪੇਂਟਿੰਗ ਬਣਾਈਆਂ ਨੇ ਔਰ ਪਹਿਲੀ ਕਲਾਸ ਤੋਂ ਲੈ ਕੇ 10ਵੀਂ ਕਲਾਸ ਤੱਕ ਬੱਚਿਆਂ ਨੇ ਪਾਰਟੀਸਪੇਟ ਕੀਤਾ ਹੈ ਔਰ ਮੈਂ ਥੈਂਕ ਯੂ ਕਰਨਾ ਚਾਹੁੰਦਾ, ਸ਼ੁਕਰੀਆ ਦੇਣਾ ਚਾਹੁੰਦਾ ਧਵਨ ਸਾਹਿਬ ਦਾ, ਪ੍ਰਿੰਸੀਪਲ ਸਾਹਿਬ ਦਾ ਔਰ ਦੋਨੋਂ ਸਕੂਲ ਦੇ ਬੱਚਿਆਂ ਦਾ ਜਿਨ੍ਹਾਂ ਨੇ ਇਹ ਇਨੀਸ਼ੀਏਟਿਵ ਲਿਆ ਔਰ ਸਾਡੇ ਨਾਲ ਕਾਉਂਸਲਰ ਦੇ ਨਾਲ ਮਿਲ ਕੇ ਇਹ ਇਵੈਂਟ ਔਰਗਨਾਈਜ਼ ਕੀਤਾ ਹੈ। ਫਰੈਡਰਿਕ ਬੈਂਟਿੰਗ ਇੰਟਰਨੈਸ਼ਨਲ ਸਕੂਲ ਔਰ ਗੁਰੂ ਤੇਗ ਬਹਾਦਰ ਸਕੂਲ ਦੇ ਬੱਚਿਆਂ ਨੇ ਅੱਜ ਜਿਹੜਾ ਗਾਂਧੀ ਜਯੰਤੀ ਦੇ ਮੌਕੇ ਦੇ ਉੱਤੇ ਪੇਂਟਿੰਗ ਕੰਪੀਟੀਸ਼ਨ ਕੀਤਾ ਜਿਸ ਦੇ ਵਿੱਚ ਮਹਾਤਮਾ ਗਾਂਧੀ ਦੀ ਥਿੰਕਿੰਗ ਦੇ ਨਾਲ ਰਿਲੇਟਡ ਔਰ ਉਹਨਾਂ ਦੇ ਬਾਰੇ ਬਹੁਤ ਸਾਰੀਆਂ ਪੇਂਟਿੰਗਸ ਬਣਾਈਆਂ ਗਈਆਂ, ਕੋਲਾਜ ਬਣਾਏ ਗਏ ਔਰ ਆਪਾਂ ਜਾਣਦੇ ਹਾਂ ਕਿ ਭਾਰਤ ਦੀ ਆਜ਼ਾਦੀ ਦੇ ਵਿੱਚ ਬਹੁਤ ਸਾਰੇ ਲੋਕਾਂ ਦਾ ਯੋਗਦਾਨ ਹੈ, ਚਾਹੇ ਭਗਤ ਸਿੰਘ, ਕਰਤਾਰ ਸਰਾਭਾ, ਊਧਮ ਸਿੰਘ ਐਂਡ ਚੰਦਰ ਸ਼ੇਖਰ, ਇਹਦੇ ਨਾਲ ਨਾਲ ਜਿੱਥੇ ਇਹ ਰੈਵੋਲਿਊਸ਼ਨਰੀ ਸੀ ਉੱਥੇ ਕਾਂਗਰਸ ਪਾਰਟੀ ਦੇ ਵਿੱਚ ਸੁਭਾਸ਼ ਚੰਦਰ ਬੋਸ, ਮਹਾਤਮਾ ਗਾਂਧੀ ਔਰ ਪੰਡਿਤ ਜਵਾਹਰ ਲਾਲ ਨਹਿਰੂ, ਇਹਨਾਂ ਦਾ ਵੀ ਇੱਕ ਆਪਣਾ ਯੋਗਦਾਨ ਸੀ। ਸੋ ਅੱਜ ਬੱਚਿਆਂ ਨੇ ਗਾਂਧੀ ਜਯੰਤੀ ਦੇ ਮੌਕੇ ਦੇ ਉੱਤੇ ਇਹ ਦਿਨ ਸੈਲੀਬ੍ਰੇਟ ਕੀਤਾ ਔਰ ਬੱਚਿਆਂ ਨੇ ਬਹੁਤ ਸਾਰੀਆਂ ਪੇਂਟਿੰਗਸ ਕੀਤੀਆਂ, ਆਲਮੋਸਟ 70 ਤੋਂ ਬਾਅਦ ਬੱਚੇ ਜਿਹੜੇ ਆ ਉਹਨਾਂ ਨੇ ਪਾਰਟੀਸਪੇਟ ਕੀਤਾ ਔਰ ਇਸ ਵਿੱਚ ਹਿਜ਼ ਐਕਸਲੈਂਸੀ ਦਿਨੇਸ਼ ਭਾਟੀਆ ਜੀ, ਕੌਂਸਲੇਟ ਜਨਰਲ ਆਪਣੇ ਟੋਰਾਂਟੋ ਤੋਂ ਸ਼ਾਮਿਲ ਹੋਏ ਔਰ ਸਾਰੇ ਟੀਚਰ ਅਤੇ ਬੱਚੇ ਜਿਹੜੇ ਆ ਉਹ ਬਹੁਤ ਐਕਟੀਵਿਟੀਜ਼ ਸ਼ਾਮਿਲ ਸੀਗੇ। ਬੱਚਿਆਂ ਵੱਲੋਂ ਮਹਾਤਮਾ ਗਾਂਧੀ ਦੀ ਜੀਵਨੀ ਤੇ ਆਧਾਰਿਤ ਵੱਖ ਵੱਖ ਪੇਂਟਿੰਗਸ ਬਣਾਈਆਂ ਗਈਆਂ ਤੇ ਕੌਂਸਲੇਟ ਜਨਰਲ ਵੱਲੋਂ ਹਰ ਬੱਚੇ ਨੂੰ ਪ੍ਰੋਤਸਾਹਿਤ ਕਰਨ ਲਈ ਸਰਟੀਫਿਕੇਟ ਦਿੱਤੇ ਗਏ। ਕੈਮਰਾਮੈਨ ਵਿਸ਼ਾਲ ਪਰਾਸ਼ਰ ਦੇ ਨਾਲ ਰੁਪਿੰਦਰ ਕੌਰ, PTC ਨਿਊਜ਼, ਬ੍ਰੈਂਪਟਨ, ਕੈਨੇਡਾ।